ਹਜ਼ਰਤ ਸ਼ੇਖ ਉਲ ਕੁਰਾਨ ਨਾ ਇੱਕ ਜਗ੍ਹਾ ਤੇ ਪ੍ਰੋਗਰਾਮ ਅੰਦਰ ਗਏ, ਮੌਲਾ ਮੁਹੰਮਦ ਹੁਸੈਨ ਸ਼ੇਖੁਪੁਰੀ ਰਹਿਮਤੁਲਾ ਅਲੈਹ, ਤੇ ਉਹ ਜਦੋਂ ਇੰਜ ਪਹੁੰਚੇ ਨਾ ਜਲਸੇ ਅੰਦਰ, ਆਮ ਰੂਟੀਨ ਅੰਦਰ ਬਾਦ ਸ਼ਾਮਿਲ ਹੈ, ਜਦੋਂ ਕੋਈ ਮੁਕਰਰ ਖਤੀਬ ਕਿਸੇ ਵੀ ਜਗ੍ਹਾ ਤੇ ਤਕਰੀਰ ਵਾਸਤੇ ਜਾਂਦਾ ਨਾ, ਤੇ ਲੋਕ ਆ ਜਾਂਦੇ ਨੇ, ਕੋਈ ਸਲਾਮ ਲੈਂਦਾ, ਕੋਈ ਮਸਲਾ ਪੁੱਛਦਾ, ਕੋਈ ਹਾਲ ਪਾਲ ਪੁੱਛਦਾ, ਇਹ ਰੂਟੀਨ। ਹਜ਼ਰਤ ਸ਼ੇਖ ਉਲ ਕੁਰਾਨ ਇੰਜ ਪਹੁੰਚਣਾ ਤੇ ਗੱਡੀ ਰੁਕੀ ਤੇ ਹਜ਼ਰਤ ਬਾਹਰ ਨਿਕਲੇ ਤੇ ਉਹ ਬੰਦੇ ਇਕੱਠੇ ਹੋ ਗਏ, ਕੋਈ ਸਲਾਮ ਲੈਣ ਲੱਗ ਪਿਆ, ਕੋਈ ਹਾਲ ਚਾਲ ਪੁੱਛਣ ਲੱਗ ਪਿਆ, ਮਸਲਾ ਪੁੱਛਣ ਲੱਗ ਪਿਆ। ਇਹ ਨਹੀਂ ਦੇਰ ਨੂੰ ਨਾ ਉਹ ਜਲਸਾ ਇੰਤਜ਼ਾਮੀਆਂ ਦੇ ਲੋਕ ਗਏ, ਨਾ ਮੌਲਾਨਾ ਦੇ ਬਾਜ਼ੂ ਤੋਂ ਪਕੜੇ ਆਓ ਜੀ, ਜਿੱਥੇ ਬੈਠਣ ਦੀ ਖਾਣ ਪੀਣ ਦੀ ਜਗ੍ਹਾ ਸੀ ਉੱਥੇ ਲੈ ਕੇ ਜਾ। ਤੇ ਉਹ ਨਾ ਉਹ ਜਿਹੜੇ ਬੰਦੇ ਖੜੇ ਸਨ, ਉਹਨਾਂ 'ਚ ਇੱਕ ਬਾਬਾ ਸੀ ਤੇ ਉਹ ਕਹਿਣ ਲੱਗਾ, ਵੇਖਿਆ ਹੁਣ ਮੌਲਵੀ ਕੁੱਕੜ ਪਾੜਨ ਚੱਲਿਆ ਹੈ, ਇਹ ਮੌਲਵੀ ਹੁਣ ਕੁੱਕੜ ਪਾੜੋ। ਮੌਲਾਨਾ ਦੇ ਕੰਨ 'ਚ ਆਵਾਜ਼ ਪੈ ਗਈ ਤੇ ਪਿੱਛੇ ਮੁੜ ਕੇ ਕਹਿੰਦੇ, ਆ ਜਾਓ ਫਿਰ ਬਾਬਾ ਜੀ ਰਲ ਕੇ ਕੁੱਕੜ ਪਾੜਨੇ ਆ। ਨਾਲ ਲੈ ਗਏ, ਖਾਣਾ ਖਾਧਾ, ਮੌਲਾਨਾ ਨੇ ਵੀ ਖਾਧਾ, ਬਾਬਾ ਜੀ ਨੇ ਵੀ ਖਾਧਾ। ਵਾਪਸ ਜਲਸਾ ਗਾਹ ਅੰਦਰ ਆ ਗਏ, ਉਹ ਬਾਬਾ ਜੀ ਪਰਾਂ ਬਹਿਣ ਲੱਗੇ ਨਾ, ਤੇ ਮੌਲਾਨਾ ਨੇ ਬਾਹਰ ਤੋਂ ਫੜ ਕੇ ਆਖਿਆ, ਨਹੀਂ ਜੀ ਅੱਜ ਤੁਸੀਂ ਵੀ ਮੇਰੇ ਨਾਲ ਹੀ ਬਹਿਣਾ ਸਟੇਜ ਤੇ। ਉਹ ਨਾਲ ਹੀ ਬਾਹਰ ਜਲਸਾ ਚੱਲਦਾ ਰਿਹਾ ਤੇ ਜਦੋਂ ਮੌਲਾਨਾ ਦੀ ਤਕਰੀਰ ਦੀ ਵਾਰੀ ਆਈ, ਸਟੇਜ ਸੈਕਟਰੀ ਅਨਾਊਂਸਮੈਂਟ ਕਰਨ ਲੱਗਾ ਤੇ ਮੌਲਾਨਾ ਫਰਮਾਉਂਦੇ ਨੇ, ਨਾ ਜੀ ਨਾ, ਅੱਜ ਕੁੱਕੜ ਮੈਂ ਨਹੀਂ ਖਾਧਾ, ਅੱਜ ਕੁੱਕੜ ਬਾਬੇ ਵੀ ਖਾਧਾ ਹੈ, ਲਿਆਦਾ ਮੇਰੇ ਤੋਂ ਪਹਿਲਾਂ ਬਾਬਾ ਜੀ ਦਾ ਵੀ ਖਿਤਾਬ ਹੈਗਾ। ਉਹ ਕਹਿੰਦਾ ਜੀ ਇਹ ਕਿਹੜੀ ਗੱਲ ਕਰਤੀ ਤੁਸੀਂ, ਮੇਰੇ ਤੇ ਪੈਰ ਪਿਓ ਕੰਬਦੇ, ਮੇਰੇ ਕੋਲ ਤੇ ਬੰਦਿਆਂ 'ਚ ਖਲੋ ਕੇ ਬੋਲਣ ਹੀ ਜਾਂਦਾ, ਮੇਰੇ ਕੋਲ ਤੇ ਇਹਨਾਂ ਵੀ ਕੋਈ ਨਹੀਂ। ਤੇ ਹਜ਼ਰਤ ਸ਼ੇਖ ਨੂੰ ਕੁਰਾਨ ਫਰਮਾਉਂਦੇ ਨੇ, ਬਾਬਾ ਜੀ ਇਹ ਕੁੱਕੜ ਵੀ ਇਲਮ ਨਾਲ ਹੀ ਲੱਭਦੇ ਨੇ, ਬਗੈਰ ਇਲਮ ਤੋਂ ਕੁੱਕੜ ਵੀ। ਅੱਲਾ ਅੱਲਾ ਅੱਲਾ, ਇਲਮ ਬੜੀ ਵੱਡੀ ਦੌਲਤ ਹੈ। ਕੁਰਾਨ ਕਰੀਮ ਦੀ ਦੂਸਰੀ ਆਇਤ ਤੇ ਗੌਰ ਕੀਜੀਏ, ਮੇਰੇ ਪੈਗੰਬਰ ਨੂੰ ਅੱਲਾ ਪਾਕ ਨੇ ਖੁਦ ਆਖਿਆ ਹੈ, ਖੁਦ ਆਖਿਆ ਮਹਬੂਬਾ ਮੇਰੇ ਕੋਲੋਂ ਮੰਗੋ ਕੀ ਦੌਲਤਾਂ, ਨਹੀਂ 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 ਨਹੀਂ, ਅੱਲਾ ਕੋਲ ਮੇਰੇ ਨਬੀ ਨੂੰ ਹੁਕਮ ਹੋ ਰਿਹਾ ਮੰਗੋ, ਅੱਲਾ ਪਾਕ ਦੇ ਕੋਲੋਂ ਮੰਗਣ ਦਾ ਹੁਕਮ ਹੈ, ਕੀ ਮੰਗਣਾ ਹੈ। ਫਰਮਾਇਆ ਮਹਬੂਬਾ ਆਪਣਾ ਦਾਮਨ ਫੈਲਾਇਆ ਕਰ, ਇੰਜ ਝੋਲੀ ਅੱਡ ਕੇ ਮੇਰੇ ਕੋਲ ਮੰਗਿਆ ਕਰ, ਅੱਲਾ ਦੌਲਤਾਂ ਮੰਗਾ ਫਰਮਾ ਕੋਈ ਨਾ ਕੋਈ ਨਾ, ਜਾਇਦਾਦਾਂ ਮੰਗਾ ਕੋਈ ਨਾ ਕੋਈ ਨਾ, ਅੱਲਾ ਮੈਂ ਕੀ ਮੰਗਾ ਫਰਮਾ ਮਹਬੂਬਾ ਇੰਜ ਕਹੋ, ਵਾਕੁਰ ਰੱਬੀ ਜ਼ਿਦਨੀ ਇਲਮਾ, ਵਾਕੁਰ ਰੱਬੀ ਜ਼ਿਦਨੀ ਇਲਮਾ, ਮੇਰੇ ਮਹਬੂਬਾ ਮੈਨੂੰ ਇੰਜ ਆਖਿਆ ਕਰ, ਰੱਬੀ ਜ਼ਿਦਨੀ ਇਲਮਾ, ਆਖੋ ਹਬਰਾ ਰੱਬੀ ਜ਼ਿਦਨੀ ਇਲਮਾ, ਕੀ ਮਾਨਾ ਅੱਲਾ ਮੇਰੇ ਇਲਮ ਵਿੱਚ ਇਜ਼ਾਫਾ ਕਰ ਦੇ। ਮੇਰੇ ਨਬੀ ਨੇ ਆਪਣੀ ਜ਼ਿੰਦਗੀ 'ਚ ਕਦੀ ਨਹੀਂ ਆਖਿਆ, ਅੱਲਾ ਮੈਨੂੰ ਦੌਲਤਾਂ ਵਾਵਾ ਸਾਰੀਆਂ ਦੇ ਦੇ, ਅੱਲਾ ਮੈਨੂੰ ਕੋਠੀਆਂ ਵਾਵਾ ਸਾਰੀਆਂ ਦੇ ਦੇ, ਅੱਲਾ ਮੈਨੂੰ ਪੈਸਾ ਰੁਪਿਆ ਦਿਰਮ ਉਹ ਦਿਨਾਰ ਵਾਵਾ ਸਾਰੇ ਦੇ ਦੇ, ਨਾ 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 ਨਾ। ਮੇਰੇ ਪੈਗੰਬਰ ਨੇ ਝੋਲੀ ਅੱਡ ਕੇ ਦਾਮਨ ਫੈਲਾ ਕੇ ਅੱਲਾ ਪਾਕ ਕੋਲ ਮੰਗਿਆ ਏ ਤੇ ਇਲਮ ਮੰਗਿਆ ਏ, ਮੇਰੇ ਪੈਗੰਬਰ ਦਾ ਇਲਮ ਮੰਗ ਲੈਣਾ ਇਸ ਬਾਤ ਦੀ ਦਲੀਲ ਏ, ਅੱਲਾ ਦੀ ਜ਼ਮੀਨ ਤੇ ਇਲਮ ਤੋਂ ਵੱਧ ਕੇ ਕੋਈ ਦੌਲਤ ਹੋ ਹੀ ਨਹੀਂ ਸਕਦੀ। ਮੇਰੇ ਪੈਗੰਬਰ ਨੇ ਅੱਲਾ ਪਾਕ ਕੋਲ ਇਲਮ ਮੰਗਿਆ, ਅੱਲਾ ਪਾਕ ਨੂੰ ਮੇਰੇ ਨਬੀ ਦਾ ਇਲਮ ਮੰਗਣਾ ਇਤਨਾ ਪਸੰਦ ਆਇਆ, ਅੱਲਾ ਪਾਕ ਨੇ ਫਰਮਾਇਆ ਮਹਬੂਬਾ ਹੁਣ ਮੈਂ ਰੱਬ ਤੁਹਾਨੂੰ ਇੰਨਾ ਇਲਮ ਦੇ ਦੇਵਾਂ ਗਾ ਕਿ ਪੂਰੀ ਦੁਨੀਆ ਨੂੰ ਇਲਮ ਸਿਖਾਉਣ ਦੀ ਡਿਊਟੀ ਮੈਂ ਤੁਹਾਡੀ ਲਾ ਦੇਵਾਂਗਾ।